मंत्री तेरी बदमाशी नहीं जरांगे, नहीं जरांगे, नहीं जरांगे। पंजाब दी लड़ाकू विरासत जिंदाबाद, जिंदाबाद, जिंदाबाद। ताली का हट भर्ती पूरी करो, पूरी करो, पूरी करो। ताली का हट भर्ती पूरी करो, पूरी करो, पूरी करो। अज पंजाब दे वख-वख जिलियां तो 4100 काहट भर्ती नाल संबंधित जिहड़े अध्यापक ने इत्थे सिक्ख्या मंत्री दे रहायश आ जिहड़ी आनंदपुर साहब दे विच पिंड गंभीरपुर उस दे लागे पहुँचे हुए ने। मामला यह आ कि 4100 काहट भर्ती जिहड़ी पिछली सरकार कांग्रेस ने कढ़ी सी उसनू इस सरकार दे विच इसे साल 5 जनवरी नू मुख्यमंत्री भगवंत मान होरां ने ऑफर लैटर दिते सी। ऑफर लैटर दे के ਇਹ ਕਿਹਾ ਵੀ ਹੁਣ ਤੁਸੀਂ ਇਸ ਤੋਂ ਬਾਅਦ ਸਕੂਲਾਂ ਦੇ ਵਿੱਚ ਜਾਓਗੇ ਅਤੇ ਬੱਚਿਆਂ ਨੂੰ ਜਾ ਕੇ ਪੜ੍ਹਾਓਗੇ। ਪਰ 5 ਜਨਵਰੀ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ 3 ਮਹੀਨੇ ਨੇ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਦੀ ਜਿਹੜੀ ਸਟੇਸ਼ਨ ਜੁਆਇਨਿੰਗ ਆ ਉਹ ਨਹੀਂ ਕਰਵਾਈ ਗਈ। ਅਤੇ ਇਹ ਅਧਿਆਪਕ ਕਿਉਂਕਿ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਸੀ ਉਹ ਪ੍ਰਾਈਵੇਟ ਸਕੂਲਾਂ ਦੀਆਂ ਨੌਕਰੀਆਂ ਇਹਨਾਂ ਨੇ ਛੱਡਤੀਆਂ ਜਾਂ ਆਹ 31 ਮਾਰਚ ਨੂੰ ਪ੍ਰਾਈਵੇਟ ਸਕੂਲ ਵਾਲਿਆਂ ਨੇ ਇਹ ਕਹਿ ਕੇ ਵੀ ਤੁਹਾਨੂੰ ਤਾਂ ਬਈ ਆਫਰ ਲੈਟਰ ਮਿਲੇ ਹੋਏ ਨੇ, ਤੁਹਾਡਾ ਤਾਂ ਮੈਡੀਕਲ ਵੀ ਹੋਇਆ ਹੋਇਆ ਸਰਕਾਰੀ ਨੌਕਰੀ ਦਾ, ਉਹਨਾਂ ਤੋਂ ਉਹ ਨੌਕਰੀਆਂ ਲੈ ਲਈਆਂ। ਅਤੇ ਹੁਣ ਇਹ ਅਧਿਆਪਕ ਅੱਜ ਇਹ ਇਹਨਾਂ ਦਾ ਚੌਥਾ ਧਰਨਾ, ਪਹਿਲਾਂ ਧਰਨਾ ਸੰਗਰੂਰ ਦੇ ਵਿੱਚ ਲਗਾਉਂਦੇ ਰਹੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ, 3 ਵਾਰ ਇਹਨਾਂ ਦੇ ਉੱਪਰ ਲਾਠੀਚਾਰਜ ਕੀਤਾ ਪੁਲਿਸ ਨੇ। ਅਤੇ ਹੁਣ ਜਿਹੜਾ ਧਰਨਾ ਅੱਜ ਇੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦੇ ਲਾਗੇ ਪਹਿਲਾਂ ਪਿੰਡ ਢੇਰ ਦੇ ਵਿੱਚ ਧਰਨਾ ਲਗਾਇਆ ਅਤੇ ਉਸ ਤੋਂ ਬਾਅਦ ਇੱਥੇ ਪਿੰਡ ਵੱਲ ਮਾਰਚ ਕੀਤਾ। ਤਾਂ ਇਸ ਕਰਕੇ ਮੰਗ ਇਹ ਆ ਕਿ ਇਹ ਅਧਿਆਪਕਾਂ ਨੂੰ ਆਫਰ ਲੈਟਰ ਤੁਸੀਂ ਦਿੱਤੇ ਹੋਏ ਨੇ, ਮੈਡੀਕਲ ਹੋਇਆ ਹੋਇਆ, ਅਤੇ ਸਕੂਲਾਂ ਦੇ ਵਿੱਚ ਹਜ਼ਾਰਾਂ ਅਸਾਮੀਆਂ ਨੇ ਜਿਹੜੀਆਂ ਉਹ ਅਧਿਆਪਕਾਂ ਦੀਆਂ ਖਾਲੀ ਨੇ, ਇਹਨਾਂ ਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ। ਅਤੇ ਖਾਸ ਤੌਰ 'ਤੇ ਇਤਰਾਜ਼ ਇਸ ਗੱਲ ਦਾ ਕਿ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ, ਸੁਧਾਰ ਵੀ ਕਰਦੇ ਹੋਏ ਅਧਿਆਪਕਾਂ ਨੂੰ ਨਾਲ ਲੈ ਕੇ ਸੁਧਾਰ ਕਰਾਂਗੇ, ਤਾਂ ਉਹ ਸਰਕਾਰ ਦਾ ਹਾਲ ਇਹ ਆ ਕਿ ਇਹ ਅਧਿਆਪਕ ਜਿਨ੍ਹਾਂ ਨੂੰ ਆਫਰ ਲੈਟਰ ਮਿਲੇ ਹੋਏ ਨੇ ਉਹ 3 ਮਹੀਨੇ ਤੋਂ ਉਡੀਕ ਕਰ ਰਹੇ ਨੇ, ਉਹਨਾਂ ਨੂੰ ਸਟੇਸ਼ਨ ਜੁਆਇਨਿੰਗ ਆ ਜਿਹੜੀ ਉਹ ਤੱਕ ਨਹੀਂ ਕਰਵਾਈ ਜਾ ਰਹੀ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 4100 ਕਾਹਟ ਭਰਤੀ ਨਾਲ ਸੰਬੰਧਿਤ ਜਿਹੜੇ ਅਧਿਆਪਕ ਨੇ ਇੱਥੇ ਸਿੱਖਿਆ ਮੰਤਰੀ ਦੇ ਰਿਹਾਇਸ਼ ਆ ਜਿਹੜੀ ਆਨੰਦਪੁਰ ਸਾਹਿਬ ਦੇ ਵਿੱਚ ਪਿੰਡ ਗੰਭੀਰਪੁਰ ਉਸ ਦੇ ਲਾਗੇ ਪਹੁੰਚੇ ਹੋਏ ਨੇ। ਮਾਮਲਾ ਇਹ ਆ ਕਿ 4100 ਕਾਹਟ ਭਰਤੀ ਜਿਹੜੀ ਪਿਛਲੀ ਸਰਕਾਰ ਕਾਂਗਰਸ ਨੇ ਕੱਢੀ ਸੀ ਉਸਨੂੰ ਇਸ ਸਰਕਾਰ ਦੇ ਵਿੱਚ ਇਸੇ ਸਾਲ 5 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਫਰ ਲੈਟਰ ਦਿੱਤੇ ਸੀ। ਆਫਰ ਲੈਟਰ ਦੇ ਕੇ ਇਹ ਕਿਹਾ ਵੀ ਹੁਣ ਤੁਸੀਂ ਇਸ ਤੋਂ ਬਾਅਦ ਸਕੂਲਾਂ ਦੇ ਵਿੱਚ ਜਾਓਗੇ ਅਤੇ ਬੱਚਿਆਂ ਨੂੰ ਜਾ ਕੇ ਪੜ੍ਹਾਓਗੇ। ਪਰ 5 ਜਨਵਰੀ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ 3 ਮਹੀਨੇ ਨੇ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਦੀ ਜਿਹੜੀ ਸਟੇਸ਼ਨ ਜੁਆਇਨਿੰਗ ਆ ਉਹ ਨਹੀਂ ਕਰਵਾਈ ਗਈ। ਅਤੇ ਇਹ ਅਧਿਆਪਕ ਕਿਉਂਕਿ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਸੀ ਉਹ ਪ੍ਰਾਈਵੇਟ ਸਕੂਲਾਂ ਦੀਆਂ ਨੌਕਰੀਆਂ ਇਹਨਾਂ ਨੇ ਛੱਡਤੀਆਂ ਜਾਂ ਆਹ 31 ਮਾਰਚ ਨੂੰ ਪ੍ਰਾਈਵੇਟ ਸਕੂਲ ਵਾਲਿਆਂ ਨੇ ਇਹ ਕਹਿ ਕੇ ਵੀ ਤੁਹਾਨੂੰ ਤਾਂ ਬਈ ਆਫਰ ਲੈਟਰ ਮਿਲੇ ਹੋਏ ਨੇ, ਤੁਹਾਡਾ ਤਾਂ ਮੈਡੀਕਲ ਵੀ ਹੋਇਆ ਹੋਇਆ ਸਰਕਾਰੀ ਨੌਕਰੀ ਦਾ, ਉਹਨਾਂ ਤੋਂ ਉਹ ਨੌਕਰੀਆਂ ਲੈ ਲਈਆਂ। ਅਤੇ ਹੁਣ ਇਹ ਅਧਿਆਪਕ ਅੱਜ ਇਹ ਇਹਨਾਂ ਦਾ ਚੌਥਾ ਧਰਨਾ, ਪਹਿਲਾਂ ਧਰਨਾ ਸੰਗਰੂਰ ਦੇ ਵਿੱਚ ਲਗਾਉਂਦੇ ਰਹੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ, 3 ਵਾਰ ਇਹਨਾਂ ਦੇ ਉੱਪਰ ਲਾਠੀਚਾਰਜ ਕੀਤਾ ਪੁਲਿਸ ਨੇ। ਅਤੇ ਹੁਣ ਜਿਹੜਾ ਧਰਨਾ ਅੱਜ ਇੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦੇ ਲਾਗੇ ਪਹਿਲਾਂ ਪਿੰਡ ਢੇਰ ਦੇ ਵਿੱਚ ਧਰਨਾ ਲਗਾਇਆ ਅਤੇ ਉਸ ਤੋਂ ਬਾਅਦ ਇੱਥੇ ਪਿੰਡ ਵੱਲ ਮਾਰਚ ਕੀਤਾ। ਤਾਂ ਇਸ ਕਰਕੇ ਮੰਗ ਇਹ ਆ ਕਿ ਇਹ ਅਧਿਆਪਕਾਂ ਨੂੰ ਆਫਰ ਲੈਟਰ ਤੁਸੀਂ ਦਿੱਤੇ ਹੋਏ ਨੇ, ਮੈਡੀਕਲ ਹੋਇਆ ਹੋਇਆ, ਅਤੇ ਸਕੂਲਾਂ ਦੇ ਵਿੱਚ ਹਜ਼ਾਰਾਂ ਅਸਾਮੀਆਂ ਨੇ ਜਿਹੜੀਆਂ ਉਹ ਅਧਿਆਪਕਾਂ ਦੀਆਂ ਖਾਲੀ ਨੇ, ਇਹਨਾਂ ਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ। ਅਤੇ ਖਾਸ ਤੌਰ 'ਤੇ ਇਤਰਾਜ਼ ਇਸ ਗੱਲ ਦਾ ਕਿ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ, ਸੁਧਾਰ ਵੀ ਕਰਦੇ ਹੋਏ ਅਧਿਆਪਕਾਂ ਨੂੰ ਨਾਲ ਲੈ ਕੇ ਸੁਧਾਰ ਕਰਾਂਗੇ, ਤਾਂ ਉਹ ਸਰਕਾਰ ਦਾ ਹਾਲ ਇਹ ਆ ਕਿ ਇਹ ਅਧਿਆਪਕ ਜਿਨ੍ਹਾਂ ਨੂੰ ਆਫਰ ਲੈਟਰ ਮਿਲੇ ਹੋਏ ਨੇ ਉਹ 3 ਮਹੀਨੇ ਤੋਂ ਉਡੀਕ ਕਰ ਰਹੇ ਨੇ, ਉਹਨਾਂ ਨੂੰ ਸਟੇਸ਼ਨ ਜੁਆਇਨਿੰਗ ਆ ਜਿਹੜੀ ਉਹ ਤੱਕ ਨਹੀਂ ਕਰਵਾਈ ਜਾ ਰਹੀ।